पता नहीं कोई जिते तुहानू की पता लगा सवेरे जिला तरन तारण अधीन आंदे पिंड कैरो विच बीती रात एक परिवार दे पांच जीयां दा तेजधार हथियारां नाल कतल कीते जाण दा मामला सामने आया है। इस वारदात तो बाद पूरे पिंड विच सहम दा माहौल है। घटना संबंधी सूचना मिलदिया ही जिला तरन तारण दे SSP ध्रुव दहिया SPD जगजीत सिंह वालिया समेत होर अधिकारी मौके ते पुज गए। मृतक व्यक्तियां दे चार बच्चे जिंदा बच गए हैं ते पुलिस प्रशासन वालों तकनीकी माहिरां दी मदद नाल जांच शुरू कीती जा रही है। जांच तो बाद ही कतल दे असल कारणां दा पता लग सकेगा। तुहानूं दस दईए कि इस तो पहला भी थाणा वलटोहा विखे एक तेजधार हथियारां नाल नौजवान दा कतल कर दिता गया है। अज एक दिन दे विच ही टोटल 6 कतल दे मामले सामने आए हैं। इन्हां वारदातां नाल पूरे जिले विच सहम दा माहौल है। पता नहीं कोई जिते तुहानूं की पता लगा सवेरे उन्हें मारिया तेरा ना की पता की गल हुई है मम्मा नु की गल हुई कौन मार गया वो कौन मुंडा ड्राइवर सी नशे नशे करता है नशे बेचता है इधर रहा हूँ पांच चार दिन हो गए मेरे खेत चले गया मेरे को बैग पे मुड़ के रात इन्ना 11:32 तत्तू ने फोन किया ब्रिजलाल ने कित जाना वा तो आ तो मैं इनू रोक रहा वा तो नहीं आखे लगा तो मुड़ के ये रात आ गया वा तत्तू के नंबर तो फोन गया हाँ गल हुई हाँ बात कदों पता लगा कि कतल मैनू सवेरे साढ़ा इतने मैंबर आ निशान सिंह उन्हें मैनू फोन किया वा तो तेरा भतीजा जापदा मर गया वा तो आण के पछाण कर ਇਹ ਨਸ਼ੇ ਦਾ ਕਾਰੋਬਾਰ ਕਰਦੇ ਸੀ ਜਿਹੜਾ ਬੰਦੇ ਭਗਤੀ ਮਰੇ ਨੇ ਇਹ ਨਸ਼ੇ ਦਾ ਕਾਰੋਬਾਰ ਜੀ ਚਿੱਟਾ ਵੇਚਦੇ ਅੱਜ ਤੋਂ 15 ਸਾਲ ਪਹਿਲਾਂ 20 ਸਾਲ ਦੇ ਉਦੋਂ ਦੇ ਵੇਚਦੇ ਆ ਉਦੋਂ ਦੇ ਵੇਚਦੇ ਸਾਰੇ ਚਿੱਟਾ ਵੇਚਦੇ ਨੇ ਮੁੰਡੇ ਵੀ ਪੀਂਦੇ ਆ ਸਾਰੇ ਪੀਂਦੇ ਆ ਇਹਨੇ ਸਾਰੇ ਪਿੰਡ ਦਾ ਕੈਰੋਂ ਦਾ ਪਿੰਡ ਦਾ ਲਾਗੇ ਲਾਗੇ ਪਿੰਡਾਂ ਦਾ ਬੇੜਾ ਗਰਕੀ ਕਰਤਾ ਜਿਹੜਾ ਮਰਿਆ ਵਾ ਹਾਂ ਇਹ ਹੁਣ ਇਹਦੇ ਕਤਲ ਦਾ ਕਾਰਨ ਕੀ ਹੈ ਕਤਲ ਦਾ ਕਾਰਨ ਸਾਨੂੰ ਨਹੀਂ ਕੋਈ ਪਤਾ ਵੀ ਕੀ ਹੋਇਆ ਇਹਨਾਂ ਦੇ ਘਰ ਜਿੱਦਣ ਵੀ ਇਹਦੇ ਘਰ ਵਾਲੀ ਮਰ ਗਈ ਸੀ ਉੱਧਰ ਦੀ ਮੇਰਾ ਭਤੀਜਾ ਮੈਨੂੰ ਦੱਸਦਾ ਸੀ ਵੀ ਇਹਨਾਂ ਦੇ ਘਰ ਕਲੇ ਬੜੀ ਆ ਇਹਨਾਂ ਕੋਈ ਨਾ ਕੋਈ ਮਰ ਜਾਣਾ ਵਾ ਇਹਨਾਂ ਦੇ ਘਰ ਕਲੇ ਬੜੀ ਆ ਖਾਣ ਪੀਣ ਤੋਂ ਲੜੀ ਜਾਂਦੇ ਸੀ ਕਿਉਂਕਿ ਮੁੰਡੇ ਵੀ ਨਸ਼ੇ ਕਰਦੇ ਸੀ ਸਾਰੇ ਟੀਕੇ ਟੂਕੇ ਲਾਉਂਦੇ ਸੀ ਜੋ ਨਸ਼ਾ ਸੀ ਇਹਨਾਂ ਨੂੰ ਟੇਟੇ ਆਉਂਦਾ ਸੀ ਸਭ ਉਹ ਕਰਦੇ ਸੀ ਅਤੇ ਵੇਚਦੇ ਚਿੱਟਾ ਸੀ ਭਾਣੀ ਪੁੱਤ ਕੀ ਗੱਲ ਹੋਈ ਸੀ ਅਤੇ ਇੱਥੇ ਆਏ ਤਾਂ ਸੁਣਿਆ ਫੋਨ ਗਿਆ ਕਿੰਨੇ ਜੀ ਪਰਿਵਾਰ ਦੇ ਕਿੰਨੇ ਜੀਆਂ ਨੂੰ ਇਹਦੇ ਹੱਤਿਆ ਹੋਈ ਹੈ ਇੱਕ ਜੀ ਬਚਿਆ ਅਤੇ 4 ਨਿਆਣੇ ਬਚੇ ਆ ਉਹ ਕਿੱਥੇ ਜਿਹੜਾ ਬਚਿਆ ਉਹ ਥਾਣੇ ਵਾਲਿਆਂ ਨੇ ਖੜਿਆ ਕੀ ਹੁਣ ਲਾਸ਼ਾਂ ਕਿੱਥੇ ਨੇ ਪਈਆਂ ਘਰੇ ਹੀ ਆ ਤੁਹਾਨੂੰ ਕੋਈ ਪਤਾ ਨਹੀਂ ਕੀ ਵਾਰ ਦੋ ਨਾ ਕੋਈ ਪਤਾ ਤੁਸੀਂ ਕੀ ਲੱਗਦੇ ਜੀ ਇਹਨਾਂ ਦੇ ਭੂਆ ਜੀ ਮੈਂ ਇਹਨਾਂ ਦੀ ਟੋਟਲ ਕਿੰਨੇ ਤੱਤੂ ਦੀ ਭੈਣ ਵਾਂ ਟੋਟਲ ਕਿੰਨੇ ਵਿਅਕਤੀਆਂ ਦਾ ਕਤਲ ਹੋਇਆ ਇੰਨਾ ਨਹੀਂ ਪਤਾ ਪੁੱਤ ਕੀ ਮੰਗ ਕਰਦੇ ਸਰਕਾਰ 12 ਵਜੇ ਤੋਂ ਬਾਅਦ ਹੋਇਆ ਜਾਂਦੇ ਆ ਨਹੀਂ ਕਿੰਨੇ ਜੀ ਨੇ ਜਿਹੜੇ ਮੁਕਤ ਮਰੇ ਨੇ 5 ਜਾਣੇ ਇੱਕ ਗੱਡੀ ਵਾਲਾ ਸਾਬਾ ਮੁੰਡਾ ਉਹ ਵੀ ਮਰ ਗਿਆ ਮਾਰਤਾ ਉਹਨੂੰ 12 ਵਜੇ ਆਂਦੇ ਸੱਦਿਆ ਘਰੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਸਰਕਾਰ ਹੁਣ ਸਾਡੇ ਬਾਰੇ ਸੋਚੇ ਕੁਛ ਵੀ ਬੱਚਿਆਂ ਬਾਰੇ ਸੋਚੇ ਹੁਣ ਲੁੱਟ ਪੁੱਟ ਕੇ ਵੀ ਲੈ ਗਏ ਸਭ ਕਹਿਰੋ ਪਿੰਡ ਦੇ ਵਿੱਚ ਬ੍ਰਿਜਲਾਲ ਨਾਮ ਦੇ ਜਿਹੜੇ ਸ਼ਖਸ ਹੈ ਉਹਨਾਂ ਦਾ ਪਰਿਵਾਰ ਆ ਜਿਹੜੇ ਇੱਥੇ ਮਰਡਰ ਕੀਤੇ ਗਏ ਨੇ ਅਸੀਂ ਪਰਚਾ ਦਰਜ ਕਰ ਲਿਆ ਵੈਰੀਫਾਈ ਅਸੀਂ ਕਰ ਰਹੇ ਹਾਂ ਅਜੇ ਸ਼ੁਰੂ ਹੀ ਹੈ ਇਸ ਚੀਜ਼ ਦਾ ਦੇਖ ਰਹੇ ਹਾਂ ਤਾਂ ਜਲਦੀ ਤੁਹਾਨੂੰ ਸਾਰੀ ਚੀਜ਼ ਦਾ ਖੁਲਾਸਾ ਕਰ ਦਾਂਗੇ
प्राइम ਉਹਦੇ ਲਈ ਤਰਨਤਾਰਨ ਤੋਂ ਸੁਰਿੰਦਰ ਸਿੰਘ ਭਿੱਖੀਵਿੰਡ ਦੀ ਰਿਪੋਰਟ।